ਹੌਲੀਡੇ ਸੀਜ਼ਨ ਸ਼ੁਰੂ ਹੋ ਰਿਹਾ ਔਰ ਇਸ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਉਹ ਗਿਫਟਸ ਖਰੀਦਦੇ ਆ, ਬਹੁਤ ਸਾਰੇ ਲੋਕ ਆਪਣੇ ਲਈ ਗਿਫਟ ਖਰੀਦਦੇ ਆ ਜਾਂ ਕਿਸੇ ਹੋਰ ਦੇ ਲਈ ਖਰੀਦਣੇ ਹੁੰਦੇ ਆ, ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਹੜੇ ਕ੍ਰਿਸਮਸ ਦੇ ਇਸ ਸਮੇਂ ਦੌਰਾਨ ਆਣ ਕੇ ਗਿਫਟਸ ਦੀ ਚੋਣ ਕਰਨ ਦੌਰਾਨ ਕਨਫਿਊਜ਼ ਹੋ ਜਾਂਦੇ ਜਾਂ ਉਹਨਾਂ ਨੂੰ ਕੁਝ ਸਮਝ ਨਹੀਂ ਲੱਗਦੀ ਕਿ ਕਿਹੜੀ ਚੀਜ਼ ਲਈਏ। ਸੋ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਅੱਜ ਸਾਡੇ ਨਾਲ ਗਜਟ ਗੁਰੂ ਆਕਾਸ਼ ਸਭ ਲੋਕ ਜੀ ਸ਼ਾਮਲ ਆ। ਆਕਾਸ਼ ਜੀ ਜੀ ਅਨ ਤੁਹਾਡਾ ਥੈਂਕ ਯੂ। ਆਕਾਸ਼ ਜੀ, ਇਹ ਜਿਹੜਾ ਸਾਰਾ ਕੁਝ ਤੁਸੀਂ ਜੋ ਕਰਦੇ ਆ, ਇਹ ਵੈਸੇ ਤੁਹਾਡਾ ਸ਼ੌਕ ਹੈ? ਕਿਤੇ ਵਜੋਂ ਤੁਸੀਂ ਨੋਟਰੀ ਪਬਲਿਕ ਹੋ ਪ੍ਰੋਫੈਸ਼ਨਲੀ? ਹਾਂਜੀ ਹਾਂਜੀ, ਠੀਕ ਹੈ ਜੀ। ਫਨ ਹੈਗਾ, ਸਪੈਸ਼ਲੀ ਇਸ ਟਾਈਮ ਆਫ ਦ ਈਅਰ ਬਹੁਤ ਫਨ ਹੈਗਾ। ਠੀਕ, ਮੈਂ ਸਮਝ ਅਸੀਂ ਸ਼ੁਰੂ ਕਰ ਲਈਏ ਸਾਈਟ ਤੇ। ਬਿਲਕੁਲ ਜੀ, ਆਪਾਂ ਸ਼ੁਰੂ ਇਸ ਤੋਂ ਕਰਦੇ ਹਾਂ। ਇਹ ਮਾਈਕ ਜਿਹੜਾ ਹੈਗਾ ਲੱਗਦਾ ਤੇ ਇਦਾਂ ਜਿੱਦਾਂ ਬੰਦਾ ਕੋਈ ਰੇਡੀਓ ਸਟੇਸ਼ਨ ਤੇ ਬੈਠਾ ਹੁੰਦਾ। ਮਾਈਕ ਤੁਸੀਂ ਘਰ ਦੇ ਵਿੱਚ ਆਫਿਸ ਵਿੱਚ ਤੁਸੀਂ ਰੇਡੀਓ ਸਟੇਸ਼ਨ ਬਣਾ ਸਕਦੇ ਹੋ। ਇਹ ਬਲੂ ਮਾਈਕ ਤੇ ਯੈਟੀ ਕੈਸਟਰ YETI ਕੈਸਟਰ ਪ੍ਰੋ ਹੈਗਾ, ਪੂਰੇ ਕਿੱਟ ਆਉਂਦੀ ਹੈ। ਸੋ ਸਟੈਂਡ ਆਉਂਦਾ, ਤੁਸੀਂ ਡੈਸਕ ਨਾਲ ਆ ਸਕਦੇ ਹੋ, ਸਟੈਂਡਿੰਗ ਕਰ ਸਕਦੇ ਹੋ। ਖਾਸ ਕੀ ਇਹਦੇ ਵਿੱਚ ਕੀ ਹੈਗਾ ਕਿ ਜਿਹੜਾ ਸਟੈਂਡ ਹੈਗਾ ਉਹ ਸਾਊਂਡ ਨੂੰ ਆਈਸੋਲੇਟ ਕਰਦਾ, ਸੋ ਮਾਈਕਰੋਫੋਨ ਜਾ ਕੇ ਕੋਈ ਵਾਈਬ੍ਰੇਸ਼ਨ ਵਗੈਰਾ ਨਹੀਂ ਹੈਗਾ। ਐਂਡ ਇਹਦੇ ਵਿੱਚ ਤੁਸੀਂ ਐਡਜਸਟਮੈਂਟ ਕਰਦੇ ਹੋ, ਓਬਵੀਅਸਲੀ ਵੋਲਿਊਮ ਕਰ ਸਕਦੇ ਹੋ, ਤੁਸੀਂ ਕੰਪਿਊਟਰ ਨਾਲ ਪਲੱਗ ਇਨ ਕਰ ਸਕਦੇ ਹੋ USB ਦੇ ਨਾਲ, ਜਾਂ ਤੁਸੀਂ ਆਪਣੀ ਰਿਕਾਰਡਿੰਗ ਤੇ ਕਰ ਸਕਦੇ ਹੋ MP3 ਪਲੇਅਰ ਤੇ। ਬਟ ਇਹਦੇ ਵਿੱਚ ਹੋਰ ਕੀ ਹੈਗਾ ਕਿ ਸਾਊਂਡ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ। ਸੋ ਤੁਸੀਂ ਮੈਂ ਇੱਥੇ ਪਿੱਛੇ ਸਮਝਾਉਣਾ ਇੱਥੇ, ਸੋ ਐਡਜਸਟਮੈਂਟ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਕਰ ਸਕਦੇ ਹੋ ਕਿ ਇਸ ਤਰ੍ਹਾਂ ਕਿ ਪੂਰੇ ਰੂਮ ਦਾ ਕਰ ਸਕਦੇ ਹੋ ਐਂਬੀਅੰਸ। ਤੁਸੀਂ ਦੋ ਬੰਦੇ ਸੋਚਦੇ, ਤੁਸੀਂ ਸੇਫ ਟਾਕ ਕਰ ਰਹੇ ਹੋ ਉਹ ਕਰ ਸਕਦੇ ਹੋ, ਜਾਂ ਤੁਸੀਂ ਸਿੰਗਲ ਪਰਸਨ ਵਾਸਤੇ ਵੀ ਸਾਊਂਡ ਕਰ ਸਕਦੇ ਹੋ। ਸੋ ਸਿਰਫ ਤੁਹਾਡੀ ਆਵਾਜ਼ ਪਿਕਅਪ ਕਰੇਗੀ। ਇਹਦੀ ਪ੍ਰਾਈਸ ਕੀ ਹੈ ਜੀ? $219 ਦੀ ਹੈਗੀ, ਪੂਰਾ ਸੈੱਟ ਹੈਗਾ। ਠੀਕ ਹੈ ਅਕਾਸ਼ ਜੀ, ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਤੇ ਖੇਡਣ ਦੇ ਜਿਹੜੀਆਂ ਦੇਸੀ ਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਕੋਈ ਘਰ ਦੀ ਚੀਜ਼ ਬਣਾ ਲੈਣੀ ਜਾਂ ਬਾਂਟੇ ਖੇਡ ਲੈਣਾ ਜਾਂ ਕੇ ਕੋਈ ਹੋਰ ਚੀਜ਼ ਕਰ ਲੈਣੀ, ਆਹ ਬੜੀ ਕੂਲ ਜਿਹੀ ਚੀਜ਼ ਆਈ ਹੈ ਬੱਚਿਆਂ ਦੇ ਖੇਡਣ ਲਈ, ਇਹਦੇ ਬਾਰੇ ਦੱਸੋ। ਇਹ 2019 ਦਾ ਵਰਜ਼ਨ ਹੈਗਾ ਲੱਟੂ ਦਾ, ਰਾਈਟ? ਸੋ ਅਸੀਂ ਮੈਂ ਹੁਣ ਵੀ ਖੇਡਦਾ। ਸੋ ਇਹ ਹੈਸਬਰੋ ਦਾ ਬੇ ਬਲੇਡ ਹੈਗਾ, ਸਲਿੰਗ ਸ਼ਾਟ ਨਵਾਂ ਆਇਆ। ਸੋ ਇਹਦੇ ਵਿੱਚ ਉਹ ਸਟੇਡੀਅਮ ਕਹਿੰਦੇ ਹਨ, ਸੋ ਮੈਂ ਥੋੜ੍ਹੇ ਉੱਪਰ ਟਿਲ ਕਰ ਰਿਹਾ। ਸੋ ਸਟੇਡੀਅਮ ਤੁਸੀਂ ਦੇਖ ਸਕਦੇ ਹੋ, ਇਹਦੇ ਨਾਲ ਦੋ ਬਲੇਡ ਆਉਂਦੇ, ਬਟ ਬੇ ਬਲੇਡ ਬਹੁਤ ਹੈਗੇ, ਲੇਕਿਨ 1000 ਟਾਈਪਸ ਬੇ ਬਲੇਡ ਹੈਗੇ, ਡਿਫਰੈਂਟ ਸ਼ੇਪ ਡਿਫਰੈਂਟ ਕਲਰਸ, ਐਂਡ ਤੁਸੀਂ ਬੇਸਿਕ ਇਹਨੂੰ ਇਹਦੇ ਵਿੱਚ ਖਿੱਚਦੇ ਹੋ, ਇਹਦੇ ਵਿੱਚ ਗੇਮ ਤੁਸੀਂ ਖੇਡਦੇ ਹੋ। ਮੈਂ ਕੁਝ ਕਿਤੇ ਦਿਖਾਉਣਾ ਤੁਹਾਨੂੰ ਇੱਥੇ। ਸੋ ਬੇਸਿਕ ਇਹਨੂੰ ਹੋਲਡ ਕਰਕੇ ਤੁਸੀਂ ਖਿੱਚਦੇ ਹੋ, ਐਂਡ ਉਹ ਥੱਲੇ ਵਿੱਚ ਸਪਿਨ ਹੋ ਜਾਂਦੀ ਹੈ, ਐਂਡ ਤੁਸੀਂ ਕੰਪੀਟ ਕਰਦੇ ਹੋ, ਉਹ ਦੋਨੋਂ ਬਲੇਡ ਆਪਣੇ ਨਾਲ ਫਾਈਟ ਕਰਦੇ ਹੈ। ਬਟ ਕਾਫੀ ਫਨ ਹੈਗਾ, ਬੱਚੇ ਦੇ ਮੈਂ ਵੀ ਖੇਡਦੇ, ਬੱਚੇ ਵੀ ਖੇਡਦੇ। ਠੀਕ ਹੈ, ਇਹਦੀ ਕੀ ਪ੍ਰਾਈਸ ਹੈ? $55 ਹੈਗਾ ਪੂਰਾ ਸੈੱਟ। $55? ਹਾਂਜੀ। ਕਾਹ ਜੀ, ਆਹ ਨਾ ਤੇ ਮੈਨੂੰ ਲੱਗਦੀ ਕੋਈ ਸਟਿੱਕ ਜੀ ਲੱਗਦੀ, ਤੇ ਨਾ ਮੈਨੂੰ ਇਹ ਲੱਗਦਾ ਕੋਈ ਹੈਮਰ ਵਗੈਰਾ। ਨਹੀਂ, ਚੀਜ਼ ਕੀ ਹੈ ਜੀ? ਇਹ ਲਾਈਟ ਸੇਬਰ ਹੈਗਾ, ਅਗੇਨ ਹੈਸਬਰੋ ਦਾ ਲਾਈਟ ਸੇਬਰ, ਇਹਨੂੰ ਅਕੈਡਮੀ ਵਰਜ਼ਨ ਹੈਗੇ। ਸੋ ਅਕੈਡਮੀ ਵਰਜ਼ਨ ਦਾ ਕੀ ਹੈ ਕਿ ਨਾਲ ਇਹਦੇ ਵਿੱਚ ਐਪ ਆਉਂਦੀ ਹੈ, ਸੋ ਤੁਸੀਂ ਐਪ ਨੂੰ ਇਹਦੇ ਨਾਲ ਕਨੈਕਟ ਹੁੰਦੀ ਬਲੂਟੂਥ ਦੇ ਨਾਲ, ਸੋ ਤੁਸੀਂ ਟ੍ਰੇਨਿੰਗ ਕਰ ਸਕਦੇ ਹੋ, ਜਾਂ ਤੁਸੀਂ ਕਿਸੇ ਹੋਰ ਦੇ ਨਾਲ ਤੁਸੀਂ ਫਾਈਟ ਕਰ ਸਕਦੇ ਹੋ। ਐਂਡ ਇਹਦੇ ਵਿੱਚ ਉਹ ਕੀ ਹੈਗਾ ਕਿ ਜਦੋਂ ਮੂਵਮੈਂਟ ਕਰਦੇ ਇਹਦੇ ਵਿੱਚ ਐਪ ਵਿੱਚ ਸਾਰੇ ਕੁਝ ਆਉਣ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਐਂਡ ਹਾਊ ਵੈਲ ਯੂ ਆਰ ਡੂਇੰਗ ਇਟ। ਠੀਕ ਹੈ ਜੀ, ਇਹ ਕਿੰਨੇ ਦੀ ਮਿਲੂਗੀ? $49 $50 ਦੀ ਹੈਗੀ। ਠੀਕ ਹੈ ਜੀ, ਆਹ ਜਿਹੜੀ ਚੀਜ਼ ਆਪਾਂ ਪਹਿਲਾਂ ਵੀ ਮੈਂ ਦੇਖ ਰਿਹਾ ਸੀ ਹੈਗਾ ਸੂਪ ਮੇਕਰ ਆ, ਸੂਪ ਮੇਕਰ ਹੈਗਾ, ਬੜੀ ਵਧੀਆ ਦੇਖਣ ਨੂੰ ਇਹ ਚੀਜ਼ ਲੱਗਦੀ ਔਰ ਇਹਦੇ ਫੰਕਸ਼ਨ ਬਹੁਤ ਸੋਹਣੇ ਆ, ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਸੋ ਫਿਲਿਪਸ ਨੇ ਕੀ ਕੀਤਾ ਹੈ ਕਿ ਲੱਗਦਾ ਕਿ ਕਾਫੀ ਪੋਟ ਹੈਗਾ, ਬਟ ਐਕਚੁਅਲੀ ਸੂਪ ਬਣਾਉਣ ਵਾਸਤੇ ਹੈਗਾ। ਮੈਂ ਇਹਨੂੰ ਖੋਲ ਕੇ ਦਿਖਾਉਣਾ ਤੁਹਾਨੂੰ। ਸੋ ਇਹਦੇ ਵਿੱਚ ਸਰ ਕੀ ਹੈਗਾ ਕਿ ਹੀਟਿੰਗ ਹੈਗਾ ਐਂਡ ਬਲੈਂਡਰ ਹੈਗਾ ਇਹਦੇ ਵਿੱਚ, ਐਂਡ ਤੁਸੀਂ ਮਿਕਸ ਕਰ ਸਕਦੇ ਹੋ। ਸੋ ਤੁਸੀਂ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਆਈ ਮੀਨ ਦਾਲ ਵੀ ਬਣਾ ਸਕਦੇ ਹੋ ਇਹਦੇ ਵਿੱਚ। ਸੋ ਆਟੋਮੈਟਿਕਲੀ ਹੀਟ ਹੋ ਜਾਂਦੀ ਹੈ, ਸੋ 18 ਮਿੰਟ ਦੇ ਵਿੱਚ ਪੂਰੇ ਤਾਰੇ ਸੂਪ ਬਣ ਜਾਂਦੀ ਹੈ। ਪੂਰਾ ਕਿੱਟ ਹੈਗਾ, ਜੋ ਸਾਫ ਕਰਨਾ ਤੁਸੀਂ ਈਜ਼ੀ ਹੈਗਾ, ਤੁਸੀਂ ਰਿੰਸ ਕਰ ਲਓ ਬਸ, ਐਂਡ ਤੁਸੀਂ ਹੋਰ ਸੂਪ ਬਣਾ ਸਕਦੇ ਹੋ। ਤੁਸੀਂ ਕਹਿੰਦੇ ਦੇ ਵਿੱਚ ਦਾਲ ਵੀ ਬਣਾ ਸਕਦੇ, ਬੱਕਰਾ ਵੀ ਬਣਾ ਸਕਦੇ? ਉਹ ਹਾਲੇ ਤੱਕ ਨਹੀਂ ਨਾ, ਉਹ ਨੈਕਸਟ ਵਰਜ਼ਨ ਆਏਗਾ। ਅੱਛਾ ਜੀ, ਇਹਦੀ ਪ੍ਰਾਈਸ ਕੀ ਹੈ? ਸੋ ਇਹ $120 ਦੀ ਹੈਗੀ। ਠੀਕ ਹੈ, ਹਾਂਜੀ। ਕਾਜੀ, ਆ ਦੇਖਣ ਨੂੰ ਵੈਸੇ ਲੱਗਦੀ ਜਿੱਦਾਂ ਕੋਈ ਹੁੰਦਾ ਲਾਈਟ ਕਵਰ ਜਿਹਾ, ਵੈਸੇ ਇਹਦੇ ਜੋ ਤੁਸੀਂ ਦੱਸ ਰਹੇ ਹੋ ਕਿ ਫੰਕਸ਼ਨ ਆਊਟ ਫੀਚਰ ਬੜੇ ਸੋਹਣੇ ਆ, ਇਹਦੇ ਬਾਰੇ ਜਾਣਕਾਰੀ ਦੱਸੋ ਕਿ ਚੀਜ਼ ਹੈ ਔਰ ਇਹਦੀ ਕਿੱਦਾਂ ਵਰਤੋਂ ਕਰ ਸਕਦੇ ਆ? ਅਗੇਨ, ਸੋ ਫਿਲਿਪਸ ਸੌਨ ਮੇਓ ਹੈਗਾ, SOMMEAO, ਐਂਡ ਮਾਰਨਿੰਗ ਲਾਈਟ ਨੂੰ ਕਹਿੰਦੇ ਆ। ਸੋ ਸਪੈਸ਼ਲੀ ਵਿੰਟਰ ਟਾਈਮ ਦੇ ਵਿੱਚ ਉਹ ਕੀ ਹੁੰਦਾ ਕਿ ਹਾਰਡ ਹੋ ਜਾਂਦਾ ਸਮਟਾਈਮਸ ਉੱਠਣ ਲਈ, ਰਾਈਟ? ਸੋ ਇਹਦੇ ਵਿੱਚ ਕੀ ਹੈਗਾ, ਖਾਸ ਕੀ ਹੈਗਾ, ਸੋ ਜੋ ਤੁਸੀਂ ਔਨ ਕਰਦੇ ਹੋ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ ਅਲਾਰਮ ਪਾਸ। ਸੋ ਇਹ ਤੁਹਾਡਾ ਅਲਾਰਮ ਹੈਗਾ, ਐਂਡ ਮੈਂ ਦਿਖਾਉਣਾ ਇੱਥੇ ਬ੍ਰਾਈਟ ਕਿੰਨੀ ਹੋ ਜਾਂਦੀ ਹੈ, ਕਾਫੀ ਬ੍ਰਾਈਟ ਹੋ ਗਈ, ਕੈਮਰਾ ਵਾਸਤੇ ਵੀ ਬ੍ਰਾਈਟ ਹੋ ਜਾਏਗੀ, ਪਰ ਹੌਲੀ ਹੌਲੀ ਲਾਈਟ ਉੱਪਰ ਆ ਜਾਂਦੀ ਹੈ। ਐਂਡ ਤੁਸੀਂ ਲਾਈਟ ਦੇ ਨਾਲ ਤੁਸੀਂ ਸਾਊਂਡ ਕਰ ਸਕਦੇ ਹੋ, ਸੋ ਆਪਣਾ ਰੇਡੀਓ ਸਟੇਸ਼ਨ ਪਾ ਸਕਦੇ ਹੋ, ਜਾਂ ਤੁਸੀਂ ਪਾ ਸਕਦੇ ਹੋ ਕਿ ਆਪਣੇ ਫੋਨ ਦੇ ਨਾਲ ਕਨੈਕਟ ਕਰ ਸਕਦੇ ਹੋ। ਐਂਡ ਪਿੱਛੇ USB ਪੋਰਟ ਵੀ ਹੈਗਾ, ਮੈਂ ਤੇ ਪਿੱਛੇ ਦਿਖਾਉਣਾ, ਇੱਥੇ USB ਪੋਰਟ ਵੀ ਹੈਗਾ ਇੱਥੇ ਪਿੱਛੇ, ਐਂਡ ਉਹ ਤੁਹਾਨੂੰ ਤੁਸੀਂ ਆਪਣੇ ਫੋਨ ਇਹਦੇ ਨਾਲ ਚਾਰਜ ਕਰ ਸਕਦੇ ਹੋ। ਸੋ ਇਹ ਜਦੋਂ ਤੁਸੀਂ ਇਹਨੂੰ ਫਿਰ ਕਰ ਲਓਗੇ ਹੁਕਅਪ ਤੇ, ਇਹਦੇ ਨਾਲ ਅਲਾਰਮ ਵੀ ਵੱਜੂਗਾ ਤੇ ਥੋੜ੍ਹੀ ਜਿਹੀ ਲਾਈਟ ਵੀ ਹੋਜੂਗੀ, ਅਲਾਰਮ ਵੀ ਵੱਜ ਸਕਦਾ, ਤੁਸੀਂ ਆਪਣੇ ਮਿਊਜ਼ਿਕ ਵੀ ਕਰ ਸਕਦੇ ਹੋ, ਰੇਡੀਓ ਵਿੱਚ ਲਾ ਸਕਦੇ ਹੋ, ਨਾਲੇ ਲਾਈਟ ਹੋ ਜਾਊਗੀ ਤੇ ਨਾਲੇ ਤੁਹਾਨੂੰ ਉਠਾ। ਹਾਂਜੀ ਹਾਂਜੀ, ਇਹਦੀ ਪ੍ਰਾਈਸ 130
ਹਾਲੇ ਤਾਂ ਇਹ ਵੀ ਨਹੀਂ ਸੀ ਹੈਗਾ ਸੈਮਸੰਗ ਦੇ ਪੌਡਸ ਹੈਗੇ ਮੈਂ ਦਿਖਾਉਣਾ ਤੇ ਸੈਮਸੰਗ ਦੇ ਗੈਲਕਸੀ ਬਡਸ ਨੂੰ ਕਹਿੰਦੇ ਆ ਐਂਡ ਆਪਣੇ ਤੁਸੀਂ ਕਰਨ ਵਾਸਤੇ ਹੈਗੇ ਸੋ ਇਹਦੇ ਵਿੱਚ ਕੀ ਹੈਗਾ ਕਿ ਚਾਰਜ ਹੈਗੇ 10 ਘੰਟੇ ਦੇ ਬੈਟਰੀ ਲਾਈਫ ਹੈਗੀ ਇਹਦੀ ਐਂਡ ਜੇ ਤੁਸੀਂ ਚਾਰਜ ਕਰਨਾ ਚਾਹੁੰਦੇ ਇਹਦੇ ਵਿੱਚ ਵਾਪਸ ਪਾ ਦਿਓ ਪਰ ਕੰਨ ਦੇ ਵਿੱਚ ਆ ਜਾਂਦਾ ਸੋ ਪਿੱਛੇ ਇਹ ਕੰਨ ਵਾਸਤੇ ਹੈਗੇ ਮਾਈਕ ਵੀ ਹੈਗਾ ਅੱਛਾ ਸੋ ਤੁਸੀਂ ਨਾ ਓਨਲੀ ਤੁਸੀਂ ਸਾਊਂਡ ਸੁਣ ਸਕਦੇ ਹੋ ਪਰ ਤੁਸੀਂ ਆਪਣੇ ਉਹ ਫੋਨ ਕਾਲਸ ਵਾਸਤੇ ਵੀ ਲਾ ਸਕਦੇ ਹੋ ਐਂਡ ਦੋ ਤਿੰਨ ਅਡਾਪਟਰਸ ਹੈਗੇ ਸੋ ਸਾਰੇ ਕੰਨ ਦੇ ਵਾਸਤੇ ਅਡਾਪਟਰਸ ਹੈਗੇ ਤੁਸੀਂ ਕੋਈ ਕੰਨ ਵਿੱਚ ਪਾ ਸਕਦੇ ਹੋ ਐਂਡ ਕੰਨ ਦੇ ਵਿੱਚ ਪਾਉਂਦੇ ਹੋ ਤੁਸੀਂ ਠੀਕ ਹੈ ਜੀ ਇਹਦੀ ਕੀ ਪ੍ਰਾਈਸ ਹੈ ਜੀ ਇਹ ਹੈਗੇ $200 ਦੀ $200 ਦੀ ਕਾਹ ਜੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਹੁਣ ਹਨੇਰਾ ਛੇਤੀ ਹੋ ਜਾਂਦਾ ਲੋਕਾਂ ਨੇ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਆ ਬਾਈਕ ਚਲਾਉਣਾ ਹੁੰਦਾ ਜਾਂ ਤੁਸੀਂ ਵੈਸੇ ਕੋਈ ਕੰਮ ਕਾਜ ਕਰਨਾ ਹੈ ਅਤੇ ਆਹ ਜਿਹੜੀ ਹੈੱਡਲਾਈਟ ਉਹਦੇ ਲਈ ਵਰਤੀ ਜਾ ਸਕਦੀ ਹੈ ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਐਗਜੈਕਟਲੀ ਸੋ ਦਵਾਲ ਨੇ ਕੀ ਕੀਤਾ ਕਿ ਤਿੰਨ ਇਹਦੇ ਵਿੱਚ ਤਿੰਨ ਬੈਟਰੀ ਨਿੱਕੇ ਜਿਹੇ ਟ੍ਰਿਪਲ ਏ ਬੈਟਰੀਜ਼ ਹੈਗੇ ਹੈ ਸੋ ਮੈਂ ਔਨ ਕਰਨ ਦਾ ਕਾਫੀ ਬ੍ਰਾਈਟ ਹੈਗਾ ਤਿੰਨ ਲੈਵਲ ਹੈਗੇ ਐਂਡ ਤੁਸੀਂ ਬੇਸਿਕ ਆਪਣੇ ਸਿਰ ਦੇ ਉੱਪਰ ਪਾਉਂਦੇ ਹੋ ਤੁਸੀਂ ਯੂਜ਼ ਕਰ ਸਕਦੇ ਹੋ ਅਗੇਨ ਬਾਈਕਿੰਗ ਵਾਸਤੇ ਯੂਜ਼ ਕਰ ਸਕਦੇ ਹੋ ਤੁਸੀਂ ਈਵਨਿੰਗ ਹੁਣ 5 ਵਜੇ ਡਾਰਕ ਹੋ ਜਾਂਦਾ ਤੁਸੀਂ ਵਾਕਸ ਵਾਸਤੇ ਕਰ ਸਕਦੇ ਹੋ ਜੇ ਤੁਸੀਂ ਕੋਈ ਘਰ ਦੇ ਵਿੱਚ ਕੋਈ ਸੇਫ ਤੁਸੀਂ ਉਹ ਸਿੰਕ ਨੂੰ ਥੱਲੇ ਤੁਸੀਂ ਥੋੜ੍ਹਾ ਜਿਹਾ ਕੰਮ ਕਰਨਾ ਜਾਂ ਗਰਾਜ ਵਿੱਚ ਸਮਥਿੰਗ ਤੁਹਾਡੇ ਵਾਸਤੇ ਐਕਸਟਰਾ ਲਾਈਟ ਹੋ ਜਾਂਦੀ ਤੁਹਾਡੇ ਹੱਥ ਫਰੀ ਹੋ ਜਾਂਦੇ ਆ ਸੋ ਜੇ ਤੁਸੀਂ ਕੰਮ ਕਰਨਾ ਹੈ ਉਹ ਤੁਸੀਂ ਸਿਰ ਦੇ ਉੱਪਰ ਲਾ ਲਓ ਐਂਡ ਤੁਹਾਡੇ ਹੱਥ ਫਰੀ ਹੈਗੇ ਤੁਸੀਂ ਕੰਮ ਵੀ ਕਰ ਸਕਦੇ ਹੋ ਇਹਦੀ ਕੀ ਪ੍ਰਾਈਸ ਹੈ $50 ਦੀ ਹੈਗੀ $50 ਤੇ ਕਾਜੀ ਆਹ ਪੋਰਟੇਬਲ ਵੈਕਿਊਮ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ ਜਦੋਂ ਤੁਹਾਡਾ ਕੰਮ ਹੋ ਜਾਏਗਾ ਤੁਸੀਂ ਬਾਅਦ ਵਿੱਚ ਆਫ ਕੋਰਸ ਸਾਫ਼ ਤਾਂ ਕਰਨਾ ਪੈਣਾ ਰਾਈਟ ਸੋ ਡਿਵੋਲਵ ਤਾਂ 20 ਵੋਲਟ ਵੈਕਿਊਮ ਹੈਗਾ ਪੋਰਟੇਬਲ ਵੈਕਿਊਮ ਹੈਗਾ ਸੋ ਇੱਥੇ ਥੱਲੇ ਬੈਟਰੀ ਹੈਗੀ ਹੈ 20 ਵੋਲਟ ਦੀ ਬੈਟਰੀ ਸਟੈਂਡਰਡ ਹੈਗਾ ਜਿਹੜਾ ਡਿਵੋਲਵ ਯੂਜ਼ ਕਰਦੀ ਹੈ ਇੱਥੇ ਸਵਿਚ ਹੈਗਾ ਸੋ ਤੁਸੀਂ ਇਹਨੂੰ ਆਈ ਮੀਨ ਕਾਰ ਵਾਸਤੇ ਵੀ ਯੂਜ਼ ਕਰ ਸਕਦੇ ਹੋ ਗਰਾਜ ਵਾਸਤੇ ਯੂਜ਼ ਕਰ ਸਕਦੇ ਹੋ ਐਂਡ ਜੇ ਕਾਰ ਵਾਸਤੇ ਯੂਜ਼ ਕਰ ਰਹੇ ਹੋ ਤੁਸੀਂ ਸੀਟਸ ਨੂੰ ਸਾਫ਼ ਕਰ ਸਕਦੇ ਹੋ ਇਹਨੂੰ ਬਾਹਰ ਕਰਕੇ ਤੁਸੀਂ ਸੀਟਸ 'ਤੇ ਯੂਜ਼ ਕਰ ਸਕਦੇ ਹੋ ਅਤੇ ਕਾਹ ਜੀ ਤੁਸੀਂ ਸਾਰੇ ਕਾਸੇ ਬਾਰੇ ਕਾਫੀ ਜਾਣਕਾਰੀ ਦਿੱਤੀ ਕਿਸੇ ਨੇ ਕੋਈ ਗਿਫਟ ਖਰੀਦਣਾ ਕਿਸੇ ਨੇ ਕਿਸੇ ਹੋਰ ਦੇ ਲਈ ਲੈਣਾ ਜਾਂ ਆਪਣੇ ਘਰ ਦੇ ਲਈ ਚੀਜ਼ ਲੈਣੀ ਹੈ ਅਤੇ ਹੁਣ ਹੋਲੀਡੇ ਸੀਜ਼ਨ ਆ ਰਿਹਾ ਜੀ ਪਾਰਟੀਆਂ ਸ਼ਾਟੀਆਂ ਕਾਫੀ ਹੋਣੀਆਂ ਮੇਰੇ ਵਰਗੇ ਲੋਕਾਂ ਦਾ ਭਾਰ ਵੀ ਵੱਧ ਜਾਣਾ ਐਕਸਰਸਾਈਜ਼ ਕਰਨੀ ਪੈਣੀ ਹੈ ਜੀ ਹੁਣ ਭਾਰ ਘਟਾਈਏ ਢਿੱਡ ਜੇ ਬਾਹਰ ਨਿਕਲ ਜਾਵੇ ਤਾਂ ਅੰਦਰ ਕਿੱਦਾਂ ਕਰਨਾ ਇਹਦੇ ਲਈ ਤੁਸੀਂ ਇੱਕ ਬਾਈਕ ਲੈ ਕੇ ਆਏ ਆ ਇਹਦੇ ਬਾਰੇ ਦੱਸੋ ਜੀ ਐਗਜੈਕਟਲੀ ਸੋ ਵੈਦਰ ਕੀ ਹੁੰਦਾ ਕਿ ਬਾਅਦ ਆਊਟਸਾਈਡ ਜਿਹੜੇ ਵੈਦਰ ਹੁੰਦਾ ਥੋੜ੍ਹਾ ਖਰਾਬ ਹੈਗਾ ਸੋ ਲੋਕ ਸਾਈਕਲ ਥੋੜ੍ਹਾ ਜਿਹਾ ਕੱਟ ਕਰਦੇ ਆ ਸਾਰਸ ਨੇ ਕੀ ਕੀਤਾ ਸਾਰਸ ਹੈਗੇ ਇੱਕ ਆਪਣੀ SARIS ਲੱਗਦਾ ਸਾਰੀਸ ਬਟ ਸਾਰਸ ਹੈਗੀ ਹੈ ਸਾਰਸ HC ਟ੍ਰੇਨਰ ਹੈ ਨਵਾਂ ਟ੍ਰੇਨਰ ਹੈਗਾ ਇਸ 2 ਮਹੀਨੇ ਪਹਿਲੇ ਰਿਲੀਜ਼ ਹੋਇਆ ਸੋ ਸਾਰਸ ਨੇ ਕੀ ਕੀਤਾ ਕਿ ਇਹ ਬਾਈਕ ਦੇ ਉੱਪਰ ਕੋਈ ਬਾਈਕ ਤੁਸੀਂ ਲਾ ਸਕਦੇ ਹੋ ਇੱਥੇ ਐਂਡ ਕੋਈ ਸ਼ੇਪ ਜਿਹੜਾ ਬਾਈਕ ਹੈਗਾ ਮਾਊਂਟੇਨ ਬਾਈਕ ਰੋਡ ਬਾਈਕ ਸਟਰੀਟ ਬਾਈਕ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਅਡਾਪਟਰ ਸਾਰੇ ਉਹਦੇ ਨਾਲ ਆਉਂਦੇ ਆ ਬਾਈਕ ਉਹਦੇ ਨਾਲ ਚਲਾ ਲਓ ਐਂਡ ਤੁਸੀਂ ਆਪਣੇ ਬਾਈਕ 'ਤੇ ਤੁਸੀਂ ਚਲਾ ਸਕਦੇ ਹੋ ਤੁਸੀਂ ਕੰਫਰਟੇਬਲ ਹੈਗਾ ਆਪਣੀ ਬਾਈਕ 'ਤੇ ਸਾਈਜ਼ ਵਗੈਰਾ ਇਨ ਕੀ ਹੈਗਾ ਨਵੇਂ ਮਾਡਲ ਜਿਹੜਾ ਹੈਗਾ ਕਾਫੀ ਕੁਆਇਟ ਹੈਗਾ ਅੱਛਾ ਜੀ ਐਂਡ ਤੁਸੀਂ ਕੰਪਿਊਟਰ ਦੇ ਨਾਲ ਜਾਂ ਐਪ ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਸੋ ਸੇ ਫੋਰ ਇੰਸਟੈਂਸ ਤੁਸੀਂ ਕੰਪਿਊਟਰ ਦੇ ਵਿੱਚ ਤੁਸੀਂ ਲੰਡਨ ਤੁਸੀਂ ਬਾਈਕਿੰਗ ਕਰ ਰਹੇ ਹੋ ਉਹਦੇ ਵਿੱਚ ਐਂਡ ਉਹ ਹਿਲ ਆ ਜਾਂਦੀ ਹੈ ਸੋ ਜਿਹੜਾ ਟ੍ਰੇਨਰ ਹੈਗਾ ਥੋੜ੍ਹਾ ਜਿਹਾ ਹਾਰਡ ਹੋ ਜਾਂਦਾ ਜੇ ਹਿਲ ਤੁਸੀਂ ਡਾਊਨਹਿਲ ਜਾ ਰਹੇ ਹੋ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਜੇ ਸੜਕ ਥੋੜ੍ਹੀ ਜਿਹੀ ਰਫ ਹੈਗੀ ਉਹ ਤਾਂ ਇਹਦੇ ਵਿੱਚ ਬੰਪਸ ਆ ਜਾਂਦੇ ਆ ਐਂਡ ਸੋ ਨਾਟ ਓਨਲੀ ਕੁਆਇਟ ਹੈਗਾ ਈਜ਼ੀ ਹੈਗਾ ਪਰ ਕਾਫੀ ਸਮੂਥ ਵੀ ਹੈਗਾ ਐਂਡ ਆਫਕੋਰਸ ਤੁਸੀਂ ਆਪਣੀ ਟ੍ਰੇਨਿੰਗ ਇਨਡੋਰ ਕਰ ਸਕਦੇ ਹੋ ਤੁਸੀਂ ਕੋਈ ਫਰਕ ਨਹੀਂ ਪੈਂਦਾ ਕਿ ਵੈਦਰ ਬਾਅਦ ਖਰਾਬ ਹੈਗਾ ਕਿ ਨਹੀਂ ਹੈਗਾ ਤੁਸੀਂ ਆਪਣੇ ਗਰਾਹ 'ਚ ਰੱਖ ਲਓ ਜੀ ਜਾਂ ਜੇ ਤੁਹਾਡੇ ਕੋਲ ਥੀਏਟਰ ਰੂਮ ਦੇ ਵਿੱਚ ਜਿਮ ਬਣਾਇਆ ਉੱਥੇ ਰੱਖ ਲਓ ਐਗਜੈਕਟਲੀ ਸੋ ਮੈਂ ਆਪਣੇ ਘਰ ਦੇ ਵਿੱਚ ਇਹ ਰੱਖੇ ਹੋਏ ਆ ਸਾਹਮਣੇ ਫੈਨ ਰੱਖੀ ਹੋਏ ਸਾਹਮਣੇ ਟੀਵੀ ਰੱਖੀ ਹੋਏ ਸੋ ਤੁਸੀਂ ਆਰਾਮ ਨਾਲ ਤੁਸੀਂ ਓਮਨੀ ਟੀਵੀ ਦੇਖ ਲਓ ਐਂਡ ਬਾਈਕ ਕਰ ਲਓ ਅੱਧੇ ਘੰਟੇ ਘੰਟੇ ਇਹਦੀ ਪ੍ਰਾਈਸ ਕੀ ਹੈ ਜੀ ਇਹ $1300 ਹੈਗਾ ਸੋ ਜਿਹੜੇ ਪਹਿਲੇ ਮਾਡਲ ਸੀ $1500 ਹੈਗਾ ਹੁਣ $200 ਘੱਟ ਗਿਆ ਸੋ $1300 ਦਾ ਹੈਗਾ ਸੋ ਕਾਜੀ ਤੁਹਾਡਾ ਤੁਸੀਂ ਆਏ ਹੋ ਸਪੈਸ਼ਲ ਤੌਰ ਤੇ ਜਿਹੜਾ ਇਹ ਗਿਫਟ ਆਜੀਆ ਦੇਣ ਦੇ ਲਈ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵਿਊਅਰਸ ਆ ਉਹਨਾਂ ਨੂੰ ਇਹਦੇ ਤੋਂ ਕਾਫੀ ਫਾਇਦਾ ਹੋਏਗਾ ਜਿਹੜੇ ਲੋਕ ਕਨਫਿਊਜ਼ ਆ ਜਿਨ੍ਹਾਂ ਨੇ ਕੋਈ ਖਰੀਦਣਾ ਔਰ ਇਹਦੇ ਨਾਲ ਨਾਲ ਲੋਕਾਂ ਨੂੰ ਚਾਹੀਦਾ ਕਿ ਕੋਈ ਵੀ ਗਿਫਟ ਖਰੀਦਣ ਤੋਂ ਪਹਿਲਾਂ ਉਹ ਆਪਣਾ ਜਿਹੜਾ ਹੋਮਵਰਕ ਕਰ ਲੈਣ ਸਾਡੀ ਗੱਲਬਾਤ ਦੱਸਣ ਦਾ ਸਿਰਫ ਇੱਕ ਇਨਫੋਰਮੇਸ਼ਨ ਦੇਣਾ ਹੈ ਸੋ ਤੁਹਾਡਾ ਇੱਥੇ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਇਹਦੇ ਨਾਲ ਹੀ ਅੱਜ ਦਾ ਓਮਨੀ ਪੰਜਾਬੀ ਨੈਸ਼ਨਲ ਨਿਊਜ਼ ਬੁਲੇਟਿਨ ਖਤਮ ਹੋਇਆ ਪਰ ਅਸੀਂ ਸਥਾਨਕ ਫੋਕਸ ਪੰਜਾਬੀ ਸ਼ੋਅ ਲੈ ਕੇ ਕੁਝ ਦੇਰ ਬਾਅਦ ਹਾਜ਼ਰ ਹੁੰਦੇ ਹਾਂ